ਅਗਲੀ ਖਬਰ ਦੀ ਗੱਲ ਕਰੀਏ ਤੇ ਗੱਲ ਸਰਕਾਰ ਦੀ ਆ ਜਾਣੀ ਹੈ ਕਹਿੰਦੇ ਪੰਜਾਂ ਮਹੀਨਿਆਂ ਦੇ ਵਿੱਚ ਸਵਾ 100 ਕਿਸਾਨ ਨੇ ਖੁਦਕੁਸ਼ੀ ਕੀਤੀ ਹੈ ਸ਼ਰਮਾ ਜੀ ਹਾਂ ਬਿਲਕੁਲ ਪਿਛਲੇ ਦਿਨਾਂ ਚ ਆ ਰਹੀਆਂ ਸੀਗੀਆਂ ਰਿਪੋਰਟਾਂ ਕਿ ਖੁਦਕੁਸ਼ੀਆਂ ਦੇ ਅੰਕੜੇ ਜਦੋਂ ਆਏ ਉਹਦੇ ਵਿੱਚ ਜੀ ਕਹਿੰਦੇ ਪੰਜਾਬ ਚ ਫਾਹਾ ਲੈ ਕੇ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਦੇਖੀ ਜਾ ਰਹੀ ਆ ਤੋ ਉਹ ਇੱਕ ਓਵਰਾਲ ਮਤਲਬ ਕਿ ਅੰਕੜਾ ਸੀਗਾ ਜਿਹਦੇ ਵਿੱਚ ਕਿਸਾਨ ਮਜ਼ਦੂਰਤਾ ਸੀਗੇ ਸੀਗੇ ਜਿਹੜੇ ਹੋਰ ਕਿਸੇ ਨੇ ਖੁਦਕੁਸ਼ੀ ਕੀਤੀ ਚਾਹੇ ਦੁਕਾਨਦਾਰ ਆ ਵਪਾਰੀ ਆ ਘਰੇਲੂ ਕਲੇਸ ਆ ਕੋਈ ਹੋਰ ਮਸਲਾ ਉਹ ਵੀ ਸ਼ਾਮਲ ਸੀ ਪਰ ਆ ਅੱਜਕਾ ਮਤਲਬ ਕਿ ਬਦਲਾ ਦੇ ਨਾਂ ਤੇ ਕਹਿੰਦੇ ਕਿ ਬਦਲਾ ਆ ਗਿਆ ਤੇ ਹੁਣ ਉਸ ਤੋਂ ਬਾਅਦ ਖੁਦਕੁਸ਼ੀਆਂ ਰੁਕ ਗਈਆਂ ਹੋਣਗੀਆਂ ਜਦੋਂ ਅੰਕੜੇ ਦੇਖਦੇ ਆ ਤਾਂ 5 ਮਹੀਨਿਆਂ ਚ ਸਵਾ 100 ਕਿਸਾਨ 124 ਕਿਸਾਨ ਖੁਦਕੁਸ਼ੀ ਕਰ ਚੁੱਕਿਆ ਪ੍ਰਵੀਨ ਜੀ ਤੁਹਾਡੇ ਧਿਆਨ ਚ ਹੋਏਗਾ ਕਿ ਬਾਦਲਾਂ ਦੇ ਰਾਤ ਚ ਜਦੋਂ ਕਿਸਾਨ ਖੁਦਕੁਸ਼ੀਆਂ ਹੋ ਰਹੀਆਂ ਸੀਗੀਆਂ ਕਿਸਾਨ ਮਜ਼ਦੂਰ ਲਗਾਤਾਰ ਮਤਲਬ ਕਿ ਸਲਫਾਸੀਆਂ ਚਰਚਾ ਮਾ ਅੱਧਾ ਪਿੰਡ ਜ਼ਹਿਰ ਖਾ ਗਿਆ ਬਾਕੀ ਪਿੰਡ ਨੂੰ ਸ਼ਹਿਰ ਖਾ ਗਿਆ ਸੋ ਜਿਹੜੀ ਆ ਸਥਿਤੀ ਬਣ ਗਈ ਸੀ ਕਿ ਸਾਡੇ ਪਿੰਡਾਂ ਨੂੰ ਜ਼ਹਿਰਾਂ ਨੇ ਨਿਗਲ ਲਿਆ ਸੋ ਉਸ ਉਸ ਮਸਲੇ ਤੇ ਉੱਤੇ ਕੈਪਟਨ ਨੇ ਰਾਜਨੀਤੀ ਕੀਤੀ ਔਰ ਬਾਦਲ ਪਰਿਵਾਰ ਜਿਹੜਾ ਆਪਣੇ ਆਪ ਨੂੰ ਪਿੰਡੂ ਪਾਰਟੀ ਅਖਵਾਉਂਦਾ ਸੀ ਉਹਦਾ ਨਮਾਇੰਦਾ ਅਖਵਾਉਂਦਾ ਸੀ ਕਿਸਾਨਾਂ ਦਾ ਰਹਿਬਰ ਅਖਵਾਉਂਦੀ ਸੀ ਉਹਦੇ ਰਾਤ ਜਦੋਂ ਖੁਦਕੁਸ਼ੀਆਂ ਹੋ ਰਹੀ ਸੀ ਅਮਰਿੰਦਰ ਸਿੰਘ ਨੇ ਕਿਹਾ ਮੇਰੀ ਸਰਕਾਰ ਆ ਜਾਣਦੇ ਹੋ ਬਸ 19 ਦਿਨ ਤੱਕ ਖੁਦਕੁਸ਼ੀਆਂ ਤੋਂ ਰੁਕ ਜਾਓ ਤਾਨੂੰ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਪਊਗੀ ਕਰ ਕਿਸਾਨ ਕਰਜ਼ਾਕੁਰ ਕੀ ਖਤਮ ਹੈ ਨਾ ਉਹ ਸਾਰਾ ਜਿਹੜੇ ਨਾਰੇ ਦਿੱਤੇ ਵਾਦੇ ਦਿੱਤੇ ਆਉਂਦੇ ਲੀਕ ਫੇਰ ਦਿਆਂਗੇ ਤੇ ਕਿਸਾਨਾਂ ਨੇ ਇੰਤਜ਼ਾਰ ਕੀਤਾ ਤੇ ਕੈਪਟਨ ਦੀ ਸਰਕਾਰ ਆ ਗਈ ਪਰ ਖੁਦਕੁਸ਼ੀਆਂ ਨਹੀਂ ਰੁਕੀਆਂ ਕਿਸਾਨ ਦੀ ਹਾਲਤ ਨਹੀਂ ਸੁਧਰੀ ਉਲਟਾ ਆਤਨ ਖੇਤੀ ਕਰਨ ਵਾਲਾ ਨਮਾ ਜੱਬ ਪੰਜਾਬ ਦੇ ਕਿਸਾਨਾਂ ਦੇ ਗਲ ਪਿਆ ਤੇ 700 ਤੋਂ ਵੱਧ ਕਿਸਾਨ ਅਸੀਂ ਉੱਥੇ ਆਪਣੇ ਗਵਾਕੇ ਆਏ ਤੇ ਖਾਲੀ ਮੰਜੇ ਲੈ ਕੇ ਮੁੜੇ ਸੋ ਆ ਆ ਦੌਰ ਤੋਂ ਲੰਘ ਰਹੀ ਸੀ ਕਿ ਭਗਵੰਤ ਮਾਨ ਹੋਰੀ ਪ੍ਰਚਾਰ ਲਈ ਸਾਹਮਣੇ ਆਉਣ ਲੱਗੇ ਲਗਾਤਾਰ ਉਹਨਾਂ ਨੇ ਵਾਅਦਾ ਸ਼ੁਰੂ ਕਰਨਾ ਕਰਤਾ ਕਿ ਰੁਕੋ ਖੁਦਕੁਸ਼ੀ ਹੱਲ ਨਹੀਂ ਐ ਮਸਲਿਆਂ ਦਾ ਹੱਲ ਜੂਝਣਾ ਐ ਲੜਨਾ ਐ ਅਸੀਂ ਅਸੀਂ ਤੁਹਾਡੇ ਨਾਲ ਖੜਾਂਗੇ ਪੰਜਾਬ ਦਾ ਕਿਸਾਨ ਖੇਤਾਂ 'ਚ ਹਰਿਆਲੀ ਹੋਊਗੀ ਤੁਹਾਡੇ ਘਰੇ ਖੁਸ਼ੀ ਹੋਊਗੀ ਚੁੱਲਿਆਂ 'ਚ ਅੱਗ ਹੋਊਗੀ ਬੜੇ ਭਗਵੰਤਮਾਨ ਦੇ ਜੇ ਇਹ ਜੇ ਟੋਟਕੇ ਜੇ ਵਾਅਦੇ ਚੱਲਦੇ ਸੀ ਤੇ ਆ ਹੁਣ ਇਹ ਕਿਹੜਾ ਬਦਲਾ ਜਨਾਬ ਜੀਕਰ ਤੁਹਾਡੇ ਰਾਤ 'ਚ ਵੀ ਕਿਸਾਨ ਸੁੰਡੀ ਕਰਕੇ ਹ ਕਦੇ ਗੁਲਾਬੀ ਚਿੱਟੀ ਚਿੱਟੀ ਮੱਖੀ ਜੀ ਗੁਲਾਬੀ ਸੁੰਡੀ ਜੀ ਆਪ ਮੀਂਹ ਦੇ ਫਸਲ ਮਾਰਤੀ ਦੀ ਆ ਮੌਸਮ ਦੀ ਮਾਰ ਤੇ ਉਹ ਸਾਰਿਆਂ ਦੇ ਬਾਵਜੂਦ ਤੁਸੀਂ ਉਹਨਾਂ ਦੀ ਬਾਹ ਨਾ ਫੜੋ ਸੋ ਆ ਅੰਕੜੇ ਚਰਨਜੀਤ ਭੁੱਲਰ ਹੋਰੀ ਜਿਹੜੇ ਜਾਣੇ ਪਛਾਣੇ ਸਾਡੇ ਪੱਤਰਕਾਰ ਨੇ ਉਹਨਾਂ ਦੀ ਮੈਂ ਰਿਪੋਰਟ ਜਦੋਂ ਦੇਖੀ ਤਾਂ ਬਿਲਕੁਲ ਪੀੜ ਦੇ ਦਾਇਕ ਰਿਪੋਰਟ ਸੀ ਕਹਿੰਦੇ ਕਿ ਇਹਨਾਂ 5 ਮਹੀਨਿਆਂ ਚ ਮੌਜੂਦਾ ਸਰਕਾਰ ਦੇ 5 ਮਹੀਨਿਆਂ ਚੱਕਰ ਗੱਲ ਕਰੀਏ ਤਾਂ ਸਵਾ 100 ਕਿਸਾਨ ਖੁਦਕੁਸ਼ੀ ਕਰ ਚੁੱਕਿਆ ਜਿਹਦੇ ਵਿੱਚ ਚਿੱਟੀ ਮੱਖੀ ਕਰਕੇ ਨਰਮਾ ਪੱਟੀ ਪੂਰੀ ਤਰ੍ਹਾਂ ਤਬਾਹ ਹੋਈ ਗੁਲਾਬੀ ਸੁੰਡੀ ਕਰਕੇ ਹੋਈ ਪੇਰਵੋਰ ਫਾਜਲ ਕਾ ਮੁਕਸਰ ਦੇ ਖੇਤਰ ਚ ਮੀਂਹ ਨੇ ਮਾਰ ਮਾਰੀ ਉਹਦੇ ਨਾਲ ਫਸਲ ਦਾ ਨੁਕਸਾਨ ਹੋਇਆ ਤੇ ਅਜਿਹੇ ਕਿਸਾਨ ਵੀ ਨੇ ਜਿਹੜੇ ਕਿਸਾਨ ਪ੍ਰਵੀਨ ਜੀ ਪਿਛਲੀਆਂ ਤਿੰਨ ਫਸਲਾਂ ਨਹੀਂ ਲੈ ਸਕੇ ਤੇ ਉਸ ਤੋਂ ਬਾਅਦ ਮਜਬੂਰ ਉਹਨਾਂ ਨੇ ਫਾਹ ਲੈ ਲਿਆ ਤੇ ਟੱਬਰ ਦੀ ਜਾਨ ਫੇਰ ਨਹੀਂ ਛੁੱਟੀ ਟੱਬਰ ਦੇ ਸਿਰ ਤੇ ਫੇਰ ਕਰਜ਼ਾ ਖੜਾ ਤਿੰਨ ਫਸਲਾਂ ਮਤਲਬ ਤਬਾਹ ਹੁੰਦੀਆਂ ਨੇ 57 ਸਾਲਾ ਕਿਸਾਨ ਆ ਪਿੰਡ ਧਨ ਸਿੰਘ ਖਾਨ ਵਾਲੇ ਦਾ ਪੁਸ਼ਵਿੰਦਰ ਸਿੰਘ ਤਿੰਨ ਫਸਲਾਂ ਉਹਦੀਆਂ ਤਬਾਹ ਹੋਈਆਂ ਤੇ ਉਹ ਉਹ ਮਤਲਬ ਕਿ ਫਸਲ ਸੁੰਡੀ ਦੇ ਲਪੇਟ ਚਾਈ ਤੇ ਉਹ ਤੋਂ ਬਾਅਦ ਹੁਣ ਉਹਨੇ ਖੁਦਕੁਸ਼ੀ ਕਰ ਲਈ ਤੇ ਟੱਬਰ ਦੇ ਸਿਰ ਤੇ 12 ਲੱਖ ਦਾ ਖਰਚਾ ਜੇ ਵੀ ਖੜਾ। ਸੋ ਜਾਣ ਤਾਂ ਤਾਂ ਵੀ ਨਹੀਂ ਛੁੱਟ ਰਹੀ। ਸੋ ਆਹ ਸਵਾਲ ਖੜਾ ਤੇ ਇੱਥੇ ਜਦੋਂ ਮੈਂ ਅੰਕੜੇ ਦੇਖਦਾ ਕਹਿੰਦੇ ਉਗਰਾਹਾ ਗਰੁੱਪ ਹੋਰਾਂ ਨੇ ਇਸ ਦੇ ਉੱਤੇ ਕੰਮ ਕੀਤਾ ਤੇ ਉਹਨਾਂ ਨੇ ਜਦੋਂ ਅੰਕੜੇ ਸਾਹਮਣੇ ਲਿਆਂਦੇ ਤਾਂ 222 ਦੇ ਵਿੱਚ 222 ਚ 30 ਅਗਸਤ ਤੱਕ 163 ਕਿਸਾਨ ਖੁਦਕੁਸ਼ੀ ਕਰ ਚੁੱਕੇ ਨੇ। ਜਨਵਰੀ ਤੋਂ ਲੈ ਕੇ 30 ਅਗਸਤ ਤੱਕ 163 ਕਿਸਾਨ ਤੇ ਇਹਦੇ ਵਿੱਚ ਪੰਜਾਬ ਸਰਕਾਰ ਵਾਲੇ ਪੰਜ ਮਹੀਨਿਆਂ ਚ 124 ਕਿਸਾਨ ਮਤਲਬ 750 ਕਿਸਾਨ ਕੁਝ ਕੁਸ਼ੀ ਕਰ ਚੁੱਕਿਆ ਨਹੀਂ ਮਹੀਨੇ ਤੋਂ 24 ਜੂਨ ਤੇ 16 ਜੁਲਾਈ 22 ਅਗਸਤ ਮਹੀਨੇ ਚ 20 ਦੇਖੋ ਤੁਸੀਂ ਲਗਾਤਾਰ ਦੇਖੋ April ਮਹੀਨੇ ਚ 35 ਕਿਸਾਨ ਖੁਦਕੁਸ਼ੀ ਕਰਦੇ ਨੇ ਮਈ ਮਹੀਨੇ ਚ 24 ਕਿਸਾਨ ਨੇ ਜੂਨ ਚ 16 ਨੇ ਜੁਲਾਈ ਦੇ ਵਿੱਚ 22 ਨੇ ਅਗਸਤ ਚ 20 ਨੇ ਸੋ ਉਸ ਦਾ ਮਤਲਬ ਲਗਭਗ ਇੱਕ ਇੱਕ ਕਿਸਾਨ ਰੋਜ਼ ਆਈ ਜਾਂਦੀ ਐਵਰੇਜ ਜੇ ਗ੍ਰਨੇਟ ਤੇ ਜਾ ਕੇ ਦੇਖੂ ਸੀ ਸੋ ਮਜ਼ਦੂਰ ਕਿਸਾਨਾਂ ਦੀ ਖੁਦਕੁਸ਼ੀ ਇਹ ਇੱਕ ਨਵੀਂ ਚਿੰਤਾ ਵਾਲੀ ਗੱਲ ਹੈ ਕਿ ਇਸ ਨੂੰ ਰੋਕ ਨਹੀਂ ਪਾ ਰਹੀਆਂ ਸਰਕਾਰਾਂ ਨਵੇਂ ਨਵੇਂ ਬਾਦੇ ਯੋਜਨਾਵਾਂ ਦੇ ਬਾਵਜੂਦ ਤੇ ਜਦੋਂ ਇਹ ਅੰਕੜੇ ਸਾਡੇ ਸਾਹਮਣੇ ਆਉਂਦੇ ਨੇ ਮਈ ਮਹੀਨੇ ਚ ਬਠਿੰਡਾ ਦਾ ਪਿੰਡ ਕੋਟਲੀ ਕਲਾਂ ਦਾ ਕਹਿੰਦੇ ਮਜ਼ਦੂਰ ਸੀਗਾ ਸੇਵਾ ਸਿੰਘ ਉਹਨੇ ਖੁਦਕੁਸ਼ੀ ਕੀਤੀ ਨਾ ਤਾਂ ਫਸਲ ਬਚੀ ਨਾ ਆਪ ਬਚਿਆ ਚਾਰ ਧੀਆਂ ਨੇ ਤੇ ਬਰਾਸਤ ਚ 6 ਲੱਖ ਦਾ ਕੁੜੀਆਂ ਦੀ ਝੋਲੀ ਦੇ ਵਿੱਚ ਕਰਜ਼ਾ ਖੜਾ ਸੋ ਇਸ ਦੌਰ ਚ ਜਦੋਂ ਪੰਜਾਬ ਲੰਘ ਰਿਹਾ ਤਾਂ ਸਮਝਣ ਦੀ ਲੋੜ ਆ ਕਿ ਕੈਪਟਨ ਵੀ ਆ ਕੇ ਚਲੇ ਗਏ ਚੰਨੀ ਵੀ ਆ ਕੇ ਚਲੇ ਗਏ ਬਾਦਲ ਵੀ ਆ ਕੇ ਚਲੇ ਤੇ ਮਾਨ ਵੀ ਆ ਗਏ ਪਰ ਕਿਸਾਨਾਂ ਦੀ ਹਾਲਤ ਦਰੁੱਸਤ ਨਹੀਂ ਹੋਈ ਪੰਜਾਬ ਚ ਸਲਫਾਸ ਕਹਿੰਦੇ ਇਸ ਤਰ੍ਹਾਂ ਮਤਲਬ ਕਿ ਘਰਾਂ ਤੱਕ ਆ ਬੜੀ ਆ ਕਿ ਪੰਜਾਬ ਦੇ ਵਿੱਚ ਸਾਲ 2021 ਚ 497 ਲੋਕਾਂ ਨੇ ਜ਼ਹਿਰੀਲੀ ਕੀਟਨਾਸ਼ਕ ਜਿਹੜੀ ਸਰਕਾਰੀ ਦਵਾਈ ਆ ਉਹ ਪੀ ਕੇ ਖੁਦਕੁਸ਼ੀ ਕੀਤੀ ਆ 2021 ਦੇ ਵਿੱਚ 497 ਆ ਸੋ ਹਾ ਉਸ ਇੱਥੋਂ ਸਾਬ ਲਾ ਲੋ ਕਿ ਇਹਦਾ ਮਤਲਬ 365 ਤੋਂ ਵੱਧ ਹੋ ਗਈ ਇੱਕ ਦਿਨ ਤੋਂ ਵੱਧ ਐਵਰੇਜ ਬੈਟਰੀ ਆ ਸੋ ਇਸੇ ਤਰ੍ਹਾਂ ਬਹੁਤੇ ਕਿਸਾਨਾਂ ਨੇ ਕਹਿੰਦੇ ਸਲਫਾਸ ਨਾਲ ਆਪਣੀ ਜ਼ਿੰਦਗੀ ਖਤਮ ਕੀਤੀ ਤੇ ਜਾਂ ਕੀਟਨਾਸ਼ਕ ਨਾਲ ਤੇ ਪ੍ਰਵੀਨ ਜੀ ਹੈਰਾਨੀ ਵਾਲੀ ਗੱਲ ਇਹ ਆ ਕਿ ਉਹ ਦਵਾਈਆਂ ਨੇ ਜਿਹੜੀਆਂ ਲੋਕ ਆਪਣੇ ਫਸਲਾਂ ਤੇ ਛਿੜਕਦੇ ਨੇ ਤੇ ਨਾਲ ਗਲਾਬੀ ਸੁੰਡੀ ਮਰਦੀ ਆ ਨਾਲ ਚਿੱਟੀ ਮੱਖੀ ਮਰਦੀ ਆ ਤੇ ਜੇ ਕਿਸਾਨ ਉਹ ਤੱਕ ਮਰ ਜਾਂਦਾ ਸੋ ਇਥੋਂ ਤੁਸੀਂ ਸਾਬ ਲਓ ਕਿ ਜਿਹੜੀਆਂ ਜ਼ਿੰਦਗੀਆਂ ਨਿਕਲ ਗਈਆਂ ਇਹ ਚੀਜ਼ਾਂ ਇਹਨਾਂ ਤੇ ਕਦੋਂ ਮਤਲਬ ਕਿ ਕਦੋਂ ਤੱਕ ਤੁਸੀਂ ਸਿਆਸਤ ਕਰੋਗੇ ਕਦੋਂ ਤੱਕ ਇਹਨੂੰ ਸਿਰਫ ਰਾਜਨੀਤਿਕ ਮੁੱਦੇ ਬਣਾ ਕੇ ਵਰਤੋਂਗੇ ਕਿਸਾਨਾਂ ਦੀ ਹਾਲਤ ਦਰੁਸਤ ਨਹੀਂ ਹੋ ਰਹੀ ਔਰ ਜੇਕਰ ਨਵੀਂ ਸਰਕਾਰ ਬਦਲਾ ਲਈ ਸਰਕਾਰ ਦੇ ਵਿੱਚ ਕੁਝ ਨਹੀਂ ਬਦਲਿਆ ਫਿਰ ਤਾਂ ਜਵਾਬ ਤਲਬੀ ਤਾਂ ਹੋਈ ਕਿ ਸਵਾਲ ਤਾਂ ਹੋਣਗੇ ਜਨਾਬ ਫਿਰ ਇਸ ਲਈ ਪੁੱਛਣਾ ਤਾਂ ਬਣਦਾ ਹੈ ਕਿ ਭਾਈ ਪਹਿਲਿਆਂ ਤੋਂ ਹੁਣ ਕੀ ਬਦਲਾਇਆ ਕਿਉਂ ਨਹੀਂ ਪੰਜਾਬ ਦਾ ਕਿਸਾਨ ਖੁਸ਼ਹਾਲ ਕਿਉਂ ਨਹੀਂ ਪੰਜਾਬ ਦਾ ਦੁਕਾਨਦਾਰ ਖੁਸ਼ਹਾਲ ਕਿਉਂ ਨਹੀਂ ਪੰਜਾਬ ਦਾ ਮੁਲਾਜ਼ਮ ਖੁਸ਼ਹਾਲ ਕਿਉਂ ਨਹੀਂ ਪੰਜਾਬ ਦਾ ਬੇਰੋਜ਼ਗਾਰੀ ਵਾਲਾ ਜਿਹੜਾ ਉਹਦੇ ਹੱਥ 'ਚ ਰੋਜ਼ਗਾਰ ਸੋ ਇਸ ਲਈ ਸਵਾਲ ਨੇ ਇਸ ਸਵਾਲ ਆਪਾਂ ਇਸ ਮਾਧਿਮ ਰਹਿ ਚੁੱਕਨੇ ਤੇ ਸਰਕਾਰਾਂ ਮੇਨ ਲੱਗਾ ਅੰਨੀਆਂ ਗੁੰਗੀਆਂ ਬੋੜੀਆਂ ਹੁੰਦੀਆਂ ਨੇ ਨਾ ਉਹਨਾਂ ਦੇ ਕੰਨ ਹੁੰਦੇ ਨੇ ਨਾ ਅੱਖਾਂ ਹੁੰਦੀਆਂ ਨੇ ਨਾ ਉਹਨਾਂ ਨੂੰ ਸੁਣਾਈ ਦਿੰਦਾ ਤੇ ਨਾ ਉਹਨਾਂ ਦੀ ਜੀਭ ਹੁੰਦੀ ਆ ਸੋ ਇਸ ਲਈ ਇਸੇ ਲਈ ਇਹ ਸਾਰਾ ਕੁਝ ਉਸੇ ਤਰ੍ਹਾਂ ਵਾਪਰ ਰਿਹਾ ਚਾਹੇ ਰੋਡਵੇ ਦੀ ਗੱਲ ਕਰਦੋ ਜਾਂ ਕਿਸਾਨਾਂ ਦੀ ਗੱਲ ਕਰ ਲਓ ਸਾਰਾ ਕੁਝ ਚਾਹੇ ਮਾਈਨਿੰਗ ਮਾਫੀਆ ਜੀ 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 ਤਰਾਸ ਦਿੱਤਾ ਸ਼ਰਮਾ ਜੀ ਇਹ ਹੀ ਹੈ ਵੀ ਜਿਹੜੇ ਅੱਜ ਕੁਰਸੀ ਤੇ ਬੈਠੇ ਨੇ ਉਹ ਕਦੇ ਇਹਨਾਂ ਦੀ ਖੁਦਕੁਸ਼ੀਆਂ ਦੇ ਬਾਰੇ ਇਹ ਗੱਲ ਕਰਦੇ ਹੁੰਦੇ ਸੀਗੇ ਕਿ ਜੀ ਥੋੜਾ ਟਾਈਮ ਦੇ ਦਿਓ ਬਸ ਤੇ ਫੇਰ ਵੇਖਿਓ ਅਸੀਂ ਪੰਜਾਬ ਨੂੰ ਬਚਾਲ ਕਰ ਦਾਂਗੇ ਦੂਜੀ ਗੱਲ ਇਹ ਹੈ ਕਿ ਆਪ ਹੀ ਮਾਨ ਸਾਹਿਬ ਖੁਦਕੁਸ਼ੀਆਂ ਦੀ ਕਿ ਬੇਬੇ ਵਿਚਾਰੀ ਚੀਜ਼ਾਂ ਲੁਕਾ ਕੇ ਰੱਖਦੀ ਹੈ ਬੇਬੇ ਐ ਇਹ ਜਿਹੀ ਗੱਲਾਂ ਬੜੀਆਂ ਜੇਬਾਂ ਜੇਬਾਂ ਫਰੂਲ ਦੀ ਆ ਜਦੋਂ ਕਰੇ ਆਂਦਾ ਕਿਸਾਨਾਂ ਦੀ ਜੇਬਾਂ ਜੀ ਬਿਲਕੁਲ ਪੰਜਾਬ ਦੀ ਕਾਇਕਲਪ ਹੋਊਗੀ ਤੇ ਪੰਜਾਬ ਦੇ ਕਿਸਾਨਾਂ ਦੀ ਤੇ ਪੰਜਾਬ ਦੇ ਜਵਾਨਾਂ ਦੀ ਜਿਹੜੀ ਕਿਸਮਤ ਆ ਉਹ ਬਦਲੂਗੀ